ਕੁਝ ਸਮਾਂ ਪਹਿਲਾਂ ਮੇਰੀ ਪੈਟਰੋਲਿੰਗ ਟੀਮ ਪਿੰਡ ਦੇ ਵਿੱਚ ਆਈ ਸੀ। ਕੁਝ ਮੁੰਡਿਆਂ ਨੇ ਮੇਰੀ ਪੈਟਰੋਲਿੰਗ ਟੀਮ ਦੇ ਨਾਲ ਬਦਤਮੀਜ਼ੀ ਕੀਤੀ ਹੈ। ਅਸੀਂ ਤੁਹਾਡੀ ਸੁਰੱਖਿਆ ਵਾਸਤੇ ਤੁਰੇ ਫਿਰਦੇ ਹਾਂ। ਅਗਰ ਕੋਈ ਬਦਤਮੀਜ਼ੀ ਕਰੂਗਾ ਪੁਲਿਸ ਮੁਲਾਜ਼ਮ ਦੇ ਨਾਲ ਤਾਂ ਉਹਨੂੰ ਸਖਤੀ ਨਾਲ ਨਿਪਟਿਆ ਜਾਊਗਾ। ਕਿਰਪਾ ਕਰਕੇ ਆਪਣੀ ਹੱਦ ਵਿੱਚ ਰਹੋ, ਸਾਨੂੰ ਆਪਦੀ ਡਿਊਟੀ ਕਰਨ ਦਿਓ, ਸਾਨੂੰ ਮਜਬੂਰ ਨਾ ਕਰੋ ਕਿ ਤੁਹਾਡੇ 'ਤੇ ਕਾਨੂੰਨ ਇਨਫੋਰਸ ਕੀਤਾ ਜਾਵੇ। ਪਲੀਜ਼ ਆਪਦੇ ਆਪ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਰੱਖੋ। ਐਂਡ ਅਗਰ ਹੁਣ ਤੋਂ ਬਾਅਦ ਕਿਸੇ ਨੇ ਮੇਰੇ ਮੁਲਾਜ਼ਮ ਨਾਲ ਕੋਈ ਬਦਤਮੀਜ਼ੀ ਕੀਤੀ ਤਾਂ ਉਹ ਬਦਤਮੀਜ਼ੀ ਮੇਰੇ ਨਾਲ ਸਮਝੀ ਜਾਊਗੀ। ਕਿਰਪਾ ਕਰਕੇ ਆਪਦੀ ਹੱਦ ਨਿਰਧਾਰਿਤ ਕਰ ਲਓ, ਆਪਦੀ ਹੱਦ ਦੇ ਵਿੱਚ ਰਹੋ। ਥੈਂਕ ਯੂ।